ਲਓ ਜੀ ਇਹ ਦੇਖੋ ਜੀ 20 ਰੁਪਏ ਵਿੱਚ ਸਾਰੀਆਂ ਸਬਜ਼ੀਆਂ, ਕੋਈ ਵੀ ਲੈ ਸਕਦੇ 20 ਰੁਪਏ ਦੀ ਇੱਕ ਸਬਜ਼ੀ। ਸਾਡਾ ਇਹੋ ਉਪਰਾਲਾ ਕਿ ਬਾਬੇ ਨਗਰੀ ਆਣਗੇ ਕੋਈ ਜੀ ਕੋਈ ਭੈਣ ਭਰਾ ਸਾਡਾ ਕੋਈ ਭੁੱਖਾ ਨਾ ਜਾਵੇ। ਪੈਸੇ ਹੈਗੇ ਆ ਤਾਂ ਵੀ ਆਓ, ਨਹੀਂ ਹੈਗੇ ਤਾਂ ਵੀ ਆਓ, ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਗੁਰੂ ਦੀ ਨਗਰੀ, ਸਵਾਦ ਦੀ ਨਗਰੀ ਅੰਮ੍ਰਿਤਸਰ ਵਿੱਚ ਪਹੁੰਚ ਚੁੱਕੇ। ਇੱਕ ਹੋਰ ਬੜੀਆ ਸੀ ਵੀਡੀਓ ਆਪਣੇ ਲਈ ਲੇਕਰ, ਬੜੀਆ ਸਾ ਢਾਬਾ ਦਿਖਾਣੇ ਕੇ ਲਈ, ਉਹ ਵੀ ਕਿਫਾਇਤੀ ਦਾਮ ਮੇਂ। ਸਤਿ ਸ੍ਰੀ ਅਕਾਲ ਜੀ ਸਭ ਨੂੰ, ਜੀ ਆਇਆਂ ਨੂੰ। ਗੁਰੂ ਰਾਮਦਾਸ ਦੀ ਨਗਰੀ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਈ ਭੁੱਖਾ ਨਹੀਂ ਸੌ ਸਕਦਾ, ਔਰ ਅਸੀਂ ਇਹੋ ਹੀ ਉਪਰਾਲਾ ਕਰਦੇ ਹਾਂ ਕਿ ਕੋਈ ਮਹੱਤਵ ਸਾਥੀ ਆ ਵੀ ਜਾਵੇ, ਅਸੀਂ ਉਸ ਨੂੰ ਉਸ ਤਰ੍ਹਾਂ ਵੀ ਖਵਾ ਸਕਦੇ ਹਾਂ ਰੋਟੀ, ਔਰ 20 ਰੁਪਏ ਵਿੱਚ ਕੋਈ ਵੀ ਸਬਜ਼ੀ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ। ਕੋਈ ਮਿਲ ਗਈ, ਕੁਛ ਨਹੀਂ ਹੈ ਸਾਨੂੰ, ਬਸ ਬਾਬੇ ਦੀ ਨਗਰੀ ਜੀ, ਬਾਬੇ ਦਾ ਢਾਬਾ ਹੈਗਾ ਸਾਡਾ। ਆਓ ਤੁਹਾਨੂੰ ਦਿਖਾਈਏ। ਇਹ ਜੀ ਸਾਡੀ ਦੇਖ ਰਹੇ ਮਾਂ ਬੰਦੇ ਨੇ ਜਿਹੜੇ ਕਿ 5 ਤੋਂ 6 ਘੰਟੇ ਇਹਨਾਂ ਨੂੰ ਰੀਝਣ ਨੂੰ ਲੱਗਦਾ, ਅਜੇ ਤੱਕ ਰੀਝਦੇ ਪਏ ਨੇ। ਅਜੇ ਤੱਕ ਮਾਂ ਦੀ ਦਾਲ ਬਣਦੀ ਪਈ ਹੈ, 5 ਤੋਂ 6 ਘੰਟੇ ਲੱਗਦਾ ਜੀ ਇਹਨੂੰ ਬਣਨ ਨੂੰ। ਮਲਾਈ ਬਣ ਜਾਂਦੇ ਨੇ ਬਿਲਕੁਲ ਕੜ ਕੜ ਕੇ। ਲੋ ਜੀ ਦਾਲ ਜਿਹੜੀ ਹੈਗੀ ਕੜ ਕੜ ਕੇ ਮਲਾਈ ਹੋ ਜਾਂਦੀ ਹੈ ਜੀ। ਇਹ ਜੀ ਹਿੰਗ ਪਾਈ ਹੁੰਦੀ ਹੈ, ਅਸੀਂ ਖਾਸੀਅਤ ਸਾਡੀ ਇਹ ਹੈਗੀ ਹੈ, ਅਸੀਂ ਹਿੰਗ ਦਾ ਇਹਨੂੰ ਛਮਕਾ ਮਾਰਦੇ ਮਾੜਾ ਜਾਂ ਹਲਕਾ ਜਿਹਾ, ਖਾਸੀਅਤ ਦੇ ਕੇ ਕਿਸੇ ਨੂੰ ਗੈਸ ਨਹੀਂ ਹੋਏਗੀ ਮਾਂ ਖਾ ਕੇ। ਕਈ ਕਹਿੰਦੇ ਮਾਂ ਖਾਓ ਤੇ ਵਾਧੀ ਹੋ ਜਾਂਦੇ ਨੇ, ਲੇਕਿਨ ਮਾਂ ਖਾ ਕੇ ਸਾਡੀ ਗੈਸ ਨਹੀਂ ਕਰਨਗੇ ਕਿਸੇ ਨੂੰ। ਤੜਕਾ ਪ੍ਰੋਸੀਜਰ ਦਿਖਾਉਂਦੇ ਤੁਹਾਨੂੰ, ਦੇਸੀ ਘਿਓ ਦਾ ਤੜਕਾ ਲਾਉਂਦੇ ਹਾਂ ਅਸੀਂ। ਦੇਸੀ ਘਿਓ ਦਾ ਤੜਕਾ ਤੜਕਾ ਇਹ ਅੱਜ ਦੇ ਜ਼ਮਾਨੇ ਵਿੱਚ ਮਹਿੰਗਾਈ ਆ ਗਈ ਹੈ। ਮੈਂ ਕਹਿ ਮੰਗਿਆਈ ਇੱਥੇ ਸਾਡੇ ਢਾਬੇ ਤੇ ਨਹੀਂ ਹੈਗੀ, ਮੰਗਿਆਈ ਸਾਡੇ ਨਹੀਂ ਪਹੁੰਚੀ, ਬਾਬੇ ਦੀ ਕਿਰਪਾ ਨਾਲ ਸਾਡੇ ਕੋਲ ਮੰਗਿਆਈ ਸਾਡੇ ਕੋਲ ਨਹੀਂ ਪਹੁੰਚੀ ਹੋਈ। ਹਾਂਜੀ ਮੇਰੇ ਪਾਪੇ ਦੇ ਵੇਲੇ ਦੀ ਕੜਛੀ ਹੈਗੀ ਹੈ ਜੀ, ਇਹ ਦੇਖ ਰਿਹਾ ਵੀ ਮੇਰੇ ਪਾਪੇ ਦੇ ਵੇਲੇ ਆ। ਇਹ ਢਾਬੇ ਨੂੰ ਕਿੰਨਾ ਚਿਰ ਹੋ ਗਿਆ ਜੀ? ਇਹ 100 ਸਾਲ ਪਲੱਸ ਹੋ ਗਿਆ ਜੀ। 100 ਸਾਲ ਪਲੱਸ? ਹਾਂਜੀ ਮੇਰੀ 5ਵੀਂ ਪੀੜ੍ਹੀ ਹੈ ਜੀ ਇਸੇ ਢਾਬੇ ਤੇ। ਮੈਂ ਬੱਚਿਆਂ ਦੇ ਬੱਚਿਆਂ ਦੇ ਬੱਚੇ ਸਰ ਅੱਗੇ ਦਿਖਾਇਓ ਕੀ ਕੀ ਹੈਗਾ ਜੀ। ਹਾਂਜੀ ਹਾਂਜੀ ਸਾਡੇ ਕੋਲ ਸਾਰੇ ਤਾਂਬੇ ਦੇ ਬਰਤਨ ਯੂਜ਼ ਕਰਦੇ ਹਾਂ ਅਸੀਂ, ਫਰਾਈਪੈਨ ਜਿੰਨੇ ਸਾਡੇ ਤਾਂਬੇ ਦੇ, ਦੇਗਰਾ ਵੀ ਤਾਂਬੇ ਦਾ। ਫਿਰ ਜੇ ਇੱਕ ਟੈਕਸਚਰ ਵੱਜ ਜਾਂਦਾ ਚੀਜ਼ ਦਾ ਨਾ, ਸਵਾਦ ਵੱਜ ਜਾਂਦਾ, ਕੁਆਲਿਟੀ ਵੱਜ ਜਾਂਦੀ ਹੈ ਤਾਂਬੇ ਦੇ ਬਰਤਨ ਦੇ ਵਿੱਚ। ਇਹ ਦੇਖੋ ਜੀ ਸਾਡੇ ਕੋਲ ਇਹ ਤੜਕਾ ਹੈਗਾ, ਪਹਿਲਾਂ ਲਸਣ ਪਿਆਜ਼ ਟਮਾਟਰ ਚ ਅਸੀਂ ਚੋਪ ਕੀਤਾ ਹੈ, ਸਾਰਾ ਬਣਾਇਆ ਆਲਰੇਡੀ, ਇਹਨੂੰ ਅਸੀਂ ਪਾਉਂਦੇ ਹਾਂ ਨਾਲ ਦੇਸੀ ਘਿਓ ਪਾਉਂਦੇ ਹਾਂ। ਉਸ ਤੋਂ ਬਾਅਦ ਇਹ ਦੇਖੋ ਜੀ ਇਹ ਚਨੇ ਮਸਾਲਾ ਸਾਡਾ ਅੰਮ੍ਰਿਤਸਰ ਦੇ ਮਸ਼ਹੂਰ ਚਨੇ ਮਸਾਲੇ, ਉਹ ਸਰ ਖੁਸ਼ਬੂ ਬਤਾ ਰਹੀ ਹੈ ਕਿ ਬੜੀਆ ਵਾਲੇ ਹੋਣੇ ਵਾਲੇ ਜੀ। ਔਰ ਇਹ ਆਲੂ ਮਟਰ ਰੈਗੂਲਰ ਚੱਲਦੀ ਹੈ ਜੀ। ਕੀ ਬਾਤ ਹੈ ਜੀ। ਇਹ ਆਲੂ ਮਟਰ, ਇਹ ਦੇਖੋ ਜੀ ਗੋਭੀ ਆਲੂ, ਗੋਭੀ ਆਲੂ, ਗੋਭੀ ਦਾ ਟੈਕਸਚਰ ਹੈ ਨਾ, ਓਏ ਹੋਏ ਕੀ ਬਾਤ ਹੈ, ਖੁਸ਼ਬੂ ਆ ਗਈ ਗੋਭੀ ਕੀ ਯਾਦ ਹੈ। ਔਰ ਜੇ ਕੜੀ ਪਕੌੜਾ ਦੇਖੀਏ, ਲਓ ਜੀ ਕੜੀ ਪਕੌੜਾ ਸਰ, ਪਕੌੜੇ ਵੀ ਤੁਸੀਂ ਖੁਦ ਬਣਾ ਰਹੇ ਜੀ? ਹਾਂਜੀ ਹਾਂਜੀ ਪਕੌੜੇ ਪਿਆਜ਼ ਦੇ ਬਣਾਉਂਦੇ ਆ, ਔਰ ਚਿੱਤਰੇ ਰਾਜਮਾ, ਚਿੱਤਰੇ ਰਾਜਮਾ ਜੀ। ਹਾਂਜੀ ਕੀ ਬਾਤ ਹੈ ਜੀ। ਕੜਾਈ ਪਨੀਰ ਦੀ ਗ੍ਰੇਵੀ, ਕੜਾਈ ਪਨੀਰ ਦੀ ਗ੍ਰੇਵੀ, ਪਨੀਰ ਬਾਅਦ ਚੋਂ ਐਡ ਕਰ ਦਿਓ। ਹਾਂਜੀ ਜੀ ਇਹ ਲਓ ਜੀ ਤੁਹਾਨੂੰ ਦਾਲ ਫਰਾਈ ਕਰਕੇ ਦਿਖਾਉਂਦੇ ਦੇਸੀ ਘਿਓ ਦੀ, ਔਰ ਉੱਪਰੋਂ ਮੱਖਣ ਡਿਪ ਕਰਕੇ ਦਿਖਾਵਾਂਗੇ ਤੁਹਾਨੂੰ। ਇਹ ਲਓ ਜੀ ਦੇਸੀ ਘਿਓ, ਜੋ ਨਾ ਕਰੇ ਮਾਂ ਪਿਓ ਉਹ ਕਰੇ ਦੇਸੀ ਘਿਓ, ਖਾਲੀ ਦੇਸੀ ਘੀ, ਔਰ ਤਾਂਬੇ ਦੇ ਬਰਤਨ ਹਰ ਟਾਈਮ ਅਸੀਂ ਫਰਾਈ ਕਰਦੇ ਰਹਿੰਦੇ ਹਾਂ ਅਸੀਂ। ਇਹ ਦੇਖੋ ਸਾਡੀ ਚੱਲਦੀ ਰਹਿੰਦੀ ਹੈ ਦਾਲ, ਇਹ ਦੇਖੋ ਤਾਂਬੇ ਦੇ ਬਰਤਨ ਰਿੰਨੀ ਰਹਿੰਦੀ, ਪਹਿਲਾਂ ਦੇਗ 'ਚ ਰਹੀਦੀ ਹੈ, ਫਿਰ ਇਹਦੇ 'ਚ ਰਿੰਨਣੇ ਆ, ਉਸ ਤੋਂ ਬਾਅਦ ਫਿਰ ਇੱਧਰ ਲਿਆਈ ਤੁਸੀਂ 3 ਵਾਰ ਉਹਨੂੰ ਘੁਮਾਉਂਦੇ ਘੁਮਾ, ਤਾਂ ਹੀ ਇਹ ਮਲੈਮੀਅਤ ਇਹਦੀ ਜਿਹੜੀ ਹੈ ਤਾਂ ਹੀ ਆਉਂਦੀ ਹੈ ਇਹਦੀ। ਇਹ ਦੇਖੋ ਅੱਛਾ ਜੀ, ਜੋ ਇਹਦੇ ਵਿੱਚ ਕਰੀਮੀ ਪਾਨਾ ਮਲਾਈਦਾਰ ਜੋ ਟੈਕਸਚਰ ਹੈਗਾ, ਇਹ ਜਿੰਨੀ ਰਿੱਝੇਗੀ ਉਨੀ ਜ਼ਿਆਦਾ ਆਏਗੀ ਇਹਦਾ। ਦੇਸੀ ਘੀ ਕੇ ਬੀਜ ਮੈਂ ਪਿਆਜ਼ ਡਾਲ ਦਿਆ ਗਿਆ। ਢਾਬੇ ਬਾਰੇ ਥੋੜ੍ਹਾ ਦੱਸੋਗੇ ਕਿ ਇਹਨਾਂ ਨੇ ਸ਼ੁਰੂਆਤ ਕੀਤੀ, ਕਿੱਦਾਂ ਸ਼ੁਰੂਆਤ ਹੋਈ? ਇਹ ਮੇਰੇ ਪੜਦਾਦੇ ਤੋਂ ਚੱਲਦਾ ਆ ਰਿਹਾ ਢਾਬਾ ਜੀ, ਸਾਡੀ ਇੱਥੇ 5ਵੀਂ ਜਨਰੇਸ਼ਨ ਹੈ, ਮੇਰੀ ਉਮਰ 56 ਸਾਲ ਹੋ ਗਈ ਹੈ, ਬਸ ਚੱਲਦਾ ਰਿਹਾ ਬਾਬੇ ਦੀ ਕਿਰਪਾ ਨਾਲ ਚੱਲਦਾ ਪਿਆ। ਇਹ ਹਲਕੀ ਜੀ ਦੇਗੀ ਮਿਰਚ ਟਮਾਟਰ, ਉਹ ਜੀ ਆ ਕੇ ਬਾਈ ਸਾਹਿਬ ਚੋਕ ਟਮਾਟਰ ਆ ਚੁੱਕੇ ਹੈ, ਬਾਈ ਸਾਹਿਬ ਤੜਕੇ ਲੱਗ ਰਹੇ ਹੈ। ਦੇਖੋ ਜੀ ਪਹਿਲੇ ਜ਼ਮਾਨੇ 'ਚ ਅਤੇ ਇਸ ਜ਼ਮਾਨੇ 'ਚ ਜ਼ਮੀਨ ਸਮਾਨ ਦਾ ਫਰਕ ਹੈ, ਸਿਹਤ ਅਤੇ ਪੁੱਠ। ਪੁਰਾਣਾ ਜ਼ਮਾਨਾ ਬਹੁਤ ਅੱਛਾ ਸੀ, ਬਹੁਤ ਵਧੀਆ ਸੀ, ਸਸਤਾ ਸਮਾਂ ਸੀ, ਚੀਜ਼ਾਂ ਵੀ ਵਧੀਆ ਮਿਲਦੀਆਂ ਸੀ, ਅਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਚੀਜ਼ਾਂ ਮਹਿੰਗੀਆਂ ਅਤੇ ਸੌਦੇ ਹੈ ਨਹੀਂ, ਨਾ ਸੌਦੇ ਪਾਵਰ ਹੀ ਨਹੀਂ ਹੈਗੀ। ਲਓ ਜੀ ਦਾਲ ਟ੍ਰਾਂਸਫਰ ਕਰਦੀ ਗਈ ਆ, ਉਹ ਬਾਈ ਉਹ ਜੇ ਆ ਗਈ ਆਗ ਕੇ ਲਪਟੇ। ਦੇਖੋ ਜੀ ਅਬ ਜੇ ਤੀਸਰੀ ਵਾਰ ਦਾਲ ਆ ਗਈ ਫਰਾਈ ਪੈਨ ਮੇਂ, ਔਰ ਜੇ ਦਾਲ ਕਾ ਟੈਕਸਚਰ ਦੇਖੀ ਆਪ, ਮੈਂ ਕਿਹਾ ਵੀ ਦਾਲ ਨੂੰ ਇੰਨਾ ਮਤਲਬ ਹਲਾਇਆ ਢੁਲਾਇਆ, ਦਾਲ ਵੀ ਰਿੱਝ ਚੁੱਕੀ ਆ ਪੂਰੀ, ਚੋਪ ਕੀਤਾ ਮਸਾਲਾ। ਦੇਖੋ ਜੀ ਬਾਬੇ ਦੀ ਨਗਰੀ 'ਚ ਕੋਈ ਮਾੜਾ ਵੀ ਹੈ ਕੋਈ ਚੰਗਾ ਵੀ ਹੈ, ਸਾਡੇ ਕੋਲ ਸਸਤਾ ਖਾਣਾ ਵੀ ਹੈ ਅਤੇ ਮਹਿੰਗਾ ਵੀ ਹੈ। ਕੋਈ ਮਾੜਾ ਬੰਦਾ ਆ ਵੀ ਜਾਂਦਾ ਅਸੀਂ ਉਹਨੂੰ ਤਾਂ ਵੀ ਦੇ ਦਿੰਦੇ ਹਾਂ, ਵੀ ਨਾ ਵੀ ਦਏਗਾ ਤਾਂ ਵੀ ਅਸੀਂ ਦੇ ਦਿੰਦੇ ਹਾਂ। ਬਾਬੇ ਦੀ ਨਗਰੀ ਆਣ ਕੇ ਕੋਈ ਭੁੱਖਾ ਨਾ ਸੋਵੇ।
ਸਾਡਾ ਇਹੋ ਉਪਰਾਲਾ ਹੈ ਕਿ ਬਾਬੇ ਦੀ ਨਗਰੀ ਆਣ ਕੇ ਕੋਈ ਜੀ ਕੋਈ ਭੈਣ ਭਰਾ ਸਾਡਾ ਕੋਈ ਭੁੱਖਾ ਨਾ ਜਾਵੇ। ਪੈਸੇ ਹੈਗੇ ਆ ਤਾਂ ਵੀ ਆਓ, ਨਹੀਂ ਹੈਗੇ ਤਾਂ ਵੀ ਆਓ, ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਬਾਬੇ ਦਾ ਢਾਬਾ ਨਾਮ ਕਿਵੇਂ ਪਿਆ? ਸਾਡਾ ਪੜਦਾਦਾ ਹੁੰਦਾ ਸੀ, ਉਹਨਾਂ ਦਾ ਨਾਂ ਸੀ ਬਾਬਾ, ਉਹਨਾਂ ਤੋਂ ਨਾਂ ਸ਼ੁਰੂ ਹੋਇਆ ਸਾਡਾ ਬਾਬਾ, ਬਾਬੇ ਤੋਂ ਢਾਬਾ। ਔਰ ਅਕਸਰ ਦੇਖੇ ਜਾਂਦੇ ਜਿੱਦਾਂ ਮੇਰੇ ਪਰਿਵਾਰ ਵਿੱਚ ਦਾਦੇ ਨੂੰ ਬਾਬਾ ਕਹਿੰਦੇ, ਬਾਬਾ ਹੀ ਕਹਿੰਦੇ ਸੀ, ਅਤੇ ਬਾਬਾ ਹੀ ਨਾਂ ਪੈ ਗਿਆ ਸਾਡੇ ਢਾਬੇ ਦਾ। ਕਿਆ ਬਾਤ ਹੈ ਜੀ। ਅਤੇ ਦਾਲ ਬਣ ਕੇ ਰੈਡੀ ਹੈ ਜੀ, ਟ੍ਰਾਂਸਫਰ ਕਰ ਲਈ ਗਈ ਹੈ ਬਾਊਲ ਮੈਂ। ਦੇਖੀਏ ਕਿਤਨੀ ਮੁਲਾਇਮੀ ਹੈ ਦਾਲ ਮੈਂ। 30 ਰੁਪਏ ਦਾ ਰਾਜਮਾ ਹੈਗਾ ਜੀ, 30 ਰੁਪਏ ਦੇ ਜੀ, ਤੜਕਾ ਲਾ ਕੇ, ਉਹ ਵੀ ਦੇਸੀ ਘੀ ਵਾਲਾ। ਬਾਬੇ ਦੀ ਕਿਰਪਾ ਨਾਲ ਸਭ ਕੁਛ ਮਿਲਦਾ ਪਿਆ ਜੀ ਸਾਨੂੰ। ਮੈਂ ਕਿਹਾ ਮੰਗਾਈ ਇੱਥੇ ਪਹੁੰਚੀ, ਮੰਗਾਈ ਸਾਨੂੰ ਨਹੀਂ ਮਹਿਸੂਸ ਹੁੰਦੀ, ਬਸ ਗਾਹਕ ਆਉਂਦਾ ਹੈ ਸਾਡੇ ਕੋਲ, ਖੁਸ਼ ਹੋ ਕੇ ਜਾਂਦਾ ਹੈ, ਔਰ ਅਸੀਂ ਸੌਦੇ ਵੀ ਵਧੀਆ ਦਿੰਦੇ ਬਣਾ ਕੇ, ਕੋਈ ਮਾੜੀ ਚੀਜ਼ ਨਹੀਂ ਅਸੀਂ ਬਣਾਉਂਦੇ। ਦੇਖੋ ਰਾਜਮਾਂਹ ਚਿੱਤਰੇ ਆ, ਇੰਨੇ ਤੁਸੀਂ ਕੱਚੇ ਲੈਣ ਵੀ ਜਾਓਗੇ 30 ਰੁਪਏ ਤੁਹਾਨੂੰ ਕੱਚੇ ਨਹੀਂ ਮਿਲਣੇ, ਔਰ ਤੁਸੀਂ ਤੜਕਾ ਛੜਕਾ ਦੇਸੀ ਘੀ ਪਾ ਕਰ ਦੇ ਰਹੇ। ਲਓ ਜੀ ਪੈਕਿੰਗ ਹੋ ਗਈ ਰਾਜਮਾਂਹ ਕੀ। ਹਾਂਜੀ, ਔਰ ਬਾਈ ਸਾਹਿਬ ਦੁਬਾਰਾ ਸੇ ਆ ਚੁੱਕੇ ਦੇਸੀ ਘੀ। ਸਰ ਕੀ ਬਣਾਉਣ ਲੱਗੇ ਹੁਣ? ਚਨਾ ਮਸਾਲਾ। ਤੇ ਅੰਮ੍ਰਿਤਸਰ ਵਿੱਚ ਆ ਕੇ ਚਨਾ ਮਸਾਲਾ ਨਹੀਂ ਖਾਦਾ ਤੇ ਕੁਛ ਨਹੀਂ ਖਾਦਾ? ਪਿਆਜ਼ ਚੋਪ ਕੀਤਾ ਆ, ਅਸੀਂ ਆਪਣੇ ਸਮੇਂ ਸਮਝ ਲਓ ਕਿ 6-7 ਰੁਪਏ ਕਿਲੋ ਮਾਂ, 50 ਪੈਸੇ ਦਾ ਫੁਲਕਾ ਆਪਣੇ ਟਾਈਮ 'ਚ, 80 ਤੋਂ 85 ਤੱਕ 50 ਪੈਸੇ ਦਾ ਫੁਲਕਾ ਵਿਕਦਾ ਰਿਹਾ ਸਾਡੇ ਢਾਬੇ 'ਤੇ। ਫੁਲਕੇ ਨਾਲ ਸਬਜ਼ੀ ਮੁਫਤ ਹੁੰਦੀ, ਛੋਲੇ ਅਤੇ ਮਾਂ ਮੁਫਤ ਹੁੰਦੇ ਸੀ, ਕੋਈ ਪੈਸਾ ਨਹੀਂ ਸੀ ਹੁੰਦਾ ਉਦੋਂ। ਹਾਂਜੀ, 50 ਪੈਸੇ ਦਾ ਫੁਲਕਾ ਛੋਲੇ ਮਾਂ ਨਾਲ ਹੁੰਦੇ ਸੀ, ਇਹ ਗਰੰਟੀ ਹੈ ਸਾਡੀ ਇਸ ਚੀਜ਼ ਦੀ। ਅਸੀਂ ਬਾਬੇ ਢਾਬੇ ਦੇ ਸਪੈਸ਼ਲ ਛੋਲੇ ਬਣਾਉਣ ਜਾ ਰਹੇ ਹਾਂ, ਅਸੀਂ ਹਰ ਕਿਸੇ ਨੂੰ ਇਸ ਤਰ੍ਹਾਂ ਹੀ ਫਰਾਈ ਕਰਕੇ ਦਿੰਦੇ ਹਾਂ। ਇਹ ਹਲਕਾ ਜਿਹਾ ਲਸਣ, ਹਲਕੀ ਜਿਹੀ ਦੇਗੀ ਮਿਰਚ, ਇਹ ਹਲਕੇ ਚੋਪ ਕੀਤੇ ਟਮਾਟਰ, ਹੈਲੋ ਇਹ ਛੋਲੇ ਸਾਡੇ। ਦੇਖੋ ਜੀ, ਬਰਤਨ ਹੈ ਤਾਂਬੇ ਦਾ, ਸਿਹਤ ਵਾਸਤੇ ਚੰਗਾ ਹੁੰਦਾ, ਇਹ ਸਭ ਤੋਂ ਵੱਡਾ ਬੈਨੀਫਿਟ ਆ। ਲੋਕ ਪਾਣੀ ਪੀਂਦੇ ਨੇ, ਅਸੀਂ ਸਬਜ਼ੀਆਂ ਬਣਾਉਂਦੇ ਹਾਂ ਜੀ, ਅਸੀਂ ਵੱਡਿਆਂ ਦੀ ਲਕੀਰਾਂ ਦੇ ਉੱਤੇ ਚੱਲਦੇ ਪਏ ਹਾਂ, ਜੋ ਲਕੀਰਾਂ ਖਿੱਚ ਗਏ ਨੇ ਉਹੋ ਜਿਹੀਆਂ ਅਸੀਂ ਲਕੀਰਾਂ ਦੇ ਉੱਤੇ ਲਕਸ਼ੇ ਕਦਮ 'ਤੇ ਚੱਲਦੇ ਪਏ ਹਾਂ, ਔਰ ਉਹਨਾਂ ਦੇ ਉਪਰਾਲੇ ਨਾਲ ਇੰਨੇ ਅੱਜ ਪਹੁੰਚੇ ਹਾਂ। ਹਾਂਜੀ, ਚਣੇ ਤਿਆਰ ਆ ਜੀ। ਲੋ ਬਾਈ ਸਾਹਿਬ, ਚਣੇ ਤਿਆਰ ਆ ਜੀ। ਹੁਣ ਬਾਬੇ ਢਾਬੇ ਦੀ ਅਸੀਂ ਸਪੈਸ਼ਲ ਕੜਾਹੀ ਪਨੀਰ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਵੇਖ ਲਓ, ਸਾਡਾ ਦੇਸੀ ਘਿਓ 'ਚ ਹੀ ਖਾਣਾ ਬਣੇਗਾ ਸਾਰਾ, ਕੋਈ ਰਿਫਾਇੰਡ ਨਹੀਂ ਹੈ, ਸਭ ਕੁਝ ਦੇਸੀ ਘਿਓ 'ਚ ਦਿੰਦੇ ਹਾਂ। ਕਿਆ ਬਾਤ ਹੈ ਜੀ। ਹੈਲੋ ਜੀ, ਸਾਡਾ ਦੇਸੀ ਘਿਓ, ਇਹ ਚੋਪ ਕੀਤੀ ਸ਼ਿਮਲਾ ਮਿਰਚ, ਬੜੇ ਬੜੇ ਸ਼ਿਮਲਾ ਮਿਰਚ ਕੇ ਪੀਸ ਆ ਗਏ, ਔਰ ਇਹ ਹਲਕੀ ਜਿਹੀ ਦੇਗੀ ਮਿਰਚ, ਕਹਿੰਦੇ ਦੇਗੀ ਮਿਰਚ ਕਾ ਲਗਾ ਤੜਕਾ ਅੰਗ ਅੰਗ ਫੜਕ, ਔਰ ਜੇ ਚੋਪ ਕੀ ਆਊਗਾ ਪਿਆਜ਼, ਕੜਾਹੀ ਪਨੀਰ ਜੀ ਬੈਸਟ ਹੈ, ਅਤੇ ਦਾਲ ਮੱਖਣੀ ਸਾਡੀ ਬੈਸਟ ਹੈ, ਹਰ ਚੀਜ਼ਾਂ ਸਾਰੀਆਂ ਬੈਸਟ ਹੈ, ਸਵਾਦ ਜਿਹੜੀ ਮਰਜ਼ੀ ਖਾਓ ਸਾਡੇ, ਕੋਈ ਨਹੀਂ ਉੱਚੀ ਨੀਚੀ, ਕੋਈ ਚੀਜ਼ ਨਹੀਂ ਗੀ ਸਾਡੇ ਕੋਲ, ਮੈਂ ਜਿਹੜੀ ਚੀਜ਼ ਨੂੰ ਤੁਸੀਂ ਖਾ ਲਓਗੇ ਤੁਸੀਂ ਆ ਕੇ ਕਹੋਗੇ ਠੀਕ ਹੈ ਜੀ। ਲਓ ਜੀ, ਇਹ ਗ੍ਰੇਵੀ ਆ ਗਈ ਜੀ ਕੜਾਹੀ ਪਨੀਰ ਦੀ। ਸਰ ਇਹ 'ਚ ਗ੍ਰੇਵੀ 'ਚ ਕੀ ਹੁੰਦਾ ਜੀ? ਇਹ 'ਚ ਅਸੀਂ ਕਾਜੂ ਦੀ ਪੇਸਟ ਪਾਈ ਹੁੰਦੀ ਹੈ, ਟਮਾਟਰ, ਪਿਆਜ਼, ਲਸਣ, ਬਸ, ਬਹੁਤਾ ਅਸੀਂ ਖਾਸ ਬਹੁਤਾ ਕਰਦੇ ਨੇ ਨਾ, ਬਹੁਤਾ ਹੈਵੀ ਹੁੰਦਾ, ਲਾਈਟ ਹੁੰਦਾ, ਬਿਲਕੁਲ ਲਾਈਟ ਹੀ ਕਾਜੂ ਰਗੜੀ ਦੇ ਨੇ, ਦੁੱਧ ਵਿੱਚ ਪਾਈਦਾ, ਬਿਲਕੁਲ ਲਾਈਟ ਹੁੰਦਾ, ਜ਼ਿਆਦਾ ਹੈਵੀ ਨਹੀਂ ਕਰੇਗਾ ਤੁਹਾਨੂੰ ਖਾਸ। ਲਓ ਜੀ, ਕਿਚਨ ਕਿੰਗ, ਕਿਚਨ ਕਿੰਗ ਜੀ, ਤੇ ਮੈਂ ਚੈੱਕ ਕਰ ਰਿਹਾ ਮਸਾਲੇ ਵੀ ਤੁਸੀਂ ਬਿਲਕੁਲ ਨਾ ਮਾਤਰੀ ਯੂਜ਼ ਕਰ ਕੇ, ਬਿਲਕੁਲ ਬਹੁਤ ਨੋਰਮਲ ਮਸਾਲੇ ਯੂਜ਼ ਕਰੀ ਦੀ, ਜਿਹੜਾ ਕਿ ਕਿਸੇ ਨੂੰ ਕੋਈ ਅੰਦਰ ਜਾ ਕੇ ਨੁਕਸਾਨ ਨਾ ਕਰੇ ਕਿਸੇ, ਉਸੇ ਟਾਈਮ ਹੀ ਫਰੈਸ਼ ਪਨੀਰ ਕੱਟੀਦਾ, ਜਦੋਂ ਗਾਹਕ ਜਿੰਨੀਆਂ ਪਲੇਟਾਂ ਮੰਗੇ ਉਸੇ ਟਾਈਮ ਬਣਾ ਕੇ ਦੇਈਦਾ ਫਰੈਸ਼ ਪਨੀਰ। ਆਹ ਦੇਖੋ, ਪਹਿਲਾਂ ਬਣਾ ਕੇ ਅਸੀਂ ਕਦੀ ਨਹੀਂ ਬਣਾ ਕੇ ਰੱਖਦੇ, ਉਸੇ ਟਾਈਮ ਫਰੈਸ਼ ਬਣਾਉਂਦੇ ਹਰ ਚੀਜ਼। ਸਾਡਾ ਪਨੀਰ ਤਿਆਰ ਹੈ, ਔਰ ਜੀ ਉੱਪਰ ਸੇ ਆ ਚੁੱਕਾ ਹੈ ਲੋਕਨ, ਔਰ ਜੀ ਟ੍ਰਾਂਸਫਰ ਕਰ ਦਿਆ ਗਿਆ ਬਾਊਲ ਮੈਂ, ਔਰ ਬੜੀਆ ਸੀ ਖੁਸ਼ਬੂ ਟੈਕਸਚਰ ਰਹਿਣੇ ਵਾਲਾ ਇਸ ਕੜਾਹੀ ਪਨੀਰ ਕਾ, ਹਲਕਾ ਸਾ ਚੋਪ ਕੀਆ ਵਾ ਧਨੀਆ, ਪ੍ਰੈਜੈਂਟੇਸ਼ਨ ਤੁਸੀਂ ਲਾਜੋ ਕਰਤੀ ਜੀ, ਔਰ ਇਸਕੇ ਉੱਪਰ ਜਾਏਗਾ ਅਮੂਲ ਕਾ ਮੱਖਣ, ਅਮੂਲ ਹਮਾਰੇ ਢਾਬੇ ਪੇ ਜਬ ਵੀ ਆਓਗੇ ਆਪਕੋ ਅਮੂਲ ਹੀ ਮਿਲੇਗਾ। ਕਿਆ ਬਾਤ ਹੈ ਜੀ।
ਔਰ ਸਾਡੇ ਕੋਲ ਆਟੇ ਦਾ ਫੁਲਕਾ, ਆਟੇ ਦਾ ਪਰੌਂਠਾ, ਜਿਹੜਾ ਕਿ ਹਜ਼ਮ ਕਰਨ 'ਚ ਬੜਾ ਆਸਾਨੀ ਰਹਿੰਦਾ। ਮੈਦੇ ਦਾ ਤੁਸੀਂ ਰੋਟੀ ਇੱਥੇ ਨਹੀਂ ਪਕਾਉਂਦੇ? ਬਿਲਕੁਲ ਨਹੀਂ ਬਣਾਉਂਦੇ ਅਸੀਂ ਰੋਟੀ, ਸਾਰੀ ਰੋਟੀ ਸਾਡੀ ਆਟੇ ਦੀ ਹੈ। ਦੇਖੋ ਜੀ, ਲੱਛੇ ਪਰੌਂਠੇ ਬਣਾ ਕੇ ਦਿਖਾ ਰਹੇ ਤੁਹਾਨੂੰ। ਲਓ ਜੀ ਬਾਈ ਸਾਹਿਬ, ਇਹ ਬਣ ਰਹੇ ਜੀ ਲੱਛੇ ਪਰੌਂਠੇ ਜੀ। ਸਪੀਡ ਚੈੱਕ ਕਰਨਾ ਬਾਈ ਸਾਹਿਬ। ਅਤੇ ਸਰ ਇਹਨੂੰ ਵੀ ਦੇਸੀ ਘੀ ਦੇ ਨਾਲ? ਹਾਂਜੀ ਦੇਸੀ ਘਿਓ, ਉੱਤੇ ਸੁੱਕਾ ਆਟਾ, ਔਰ ਸਾਡਾ ਬੋਲਣ ਦਾ ਤਰੀਕਾ ਹੀ ਅਲੱਗ ਹੈਗਾ ਜੀ। ਅੱਛਾ ਜੀ, ਆਹ ਚੈੱਕ ਕਰੇ ਭਾਈ ਸਾਹਿਬ ਜੀ, ਦੇਖੋ ਧਨੀਆ ਔਰ ਅਜਵਾਇਣ ਲਗਾ ਦੀ ਗਈ ਹੈ, ਔਰ ਭਾਈ ਸਾਹਿਬ ਯਹਾਂ ਪਰ ਲਗ ਰਹੇ ਹੈ ਲੱਛੇ ਪਰੌਂਠੇ। ਔਰ ਮੈਂ ਕਿਹਾ ਸਪੀਡ ਚੈੱਕ ਕਰੋ ਭਾਜੀ ਕੀ, ਕਮਾਲਮ ਕਮਾਲ। ਹੈਲੋ ਜੀ, ਮੈਂ ਕਿਹਾ ਦੇਸੀ ਘਿਓ ਦੀ ਕੋਈ ਘਾਟ ਨਹੀਂ, ਜਿੰਨਾ ਮਰਜ਼ੀ ਕੋਈ ਗਾਹਕ ਹੈਗਾ ਔਰ ਜਿੰਨਾ ਇਹਨੂੰ ਲਾਵਾਂਗੇ ਉਹਨਾਂ ਪੀ ਜਾਏਗਾ। ਐਨੀ ਕਿ ਦਿਖਾ ਰਹੇ ਹੈ, ਲਾਨੇ ਵੀ ਹੈ ਗਾਹਕ ਨੂੰ। ਤੁਸੀਂ ਦੇਸੀ ਘਿਓ ਦੇ ਨਾਲ ਹੀ ਪੂਰਾ ਨਲਾ ਤਾ ਜਨਾਬ? ਔਰ ਇਹ ਵੇਖੋ ਕ੍ਰਸ਼ਿੰਗ, ਓਏ ਹੋਏ ਹੋਏ, ਕੀ ਬਾਤ ਹੈ, ਕ੍ਰਸ਼ ਵਿੱਚ ਔਰ ਕਿੰਨਾ ਘਿਓ ਲਾਇਆ, ਦੇਖੋ ਪੀ ਗਿਆ ਸਾਰਾ। ਇਹ ਆਟੇ ਦੀ ਖਾਸੀਅਤ ਹੈ, ਮੈਦਾ ਘਿਓ ਨਹੀਂ ਪੀਏਗਾ, ਸਿਰਫ ਆਟਾ ਹੀ ਘਿਓ ਪੀਏਗਾ। ਦੇਖੋ ਕਿੰਨਾ ਘਿਓ ਲਾਇਆ, ਕਿੱਥੇ ਗਿਆ ਘਿਓ? ਜਿਹੜੀ ਮਰਜ਼ੀ ਸਬਜ਼ੀ ਲੈ ਸਕਦੇ ਹੋ ਸਾਡੇ ਕੋਲ 20 ਰੁਪਏ ਦੀ ਪਲੇਨ। ਆਹ ਦੇਖੋ ਜੀ, ਸਭ ਤੋਂ ਪਹਿਲਾਂ ਚਨੇ, ਆਹ ਲਓ ਜੀ 20 ਰੁਪਏ ਦੇ ਚਨੇ। ਮੈਂ ਕਿਹਾ ਕੁਆਂਟਿਟੀ ਪੂਰੀ ਭਰ ਭਰ ਕੇ ਜੀ। ਇਹ ਦੇਖੋ ਜੀ ਆਲੂ ਮਟਰ, ਇਹ ਸਾਡੇ ਆਲੂ ਮਟਰ ਆ ਗਏ ਜੀ। ਆਹ ਦੇਖੋ ਗੋਭੀ ਆਲੂ, ਇਹ ਸਾਡੇ ਕੜੀ ਪਕੌੜਾ, ਸੌਦੇ ਦੀ ਕੋਈ ਕਮੀ ਨਹੀਂ। ਇਹ ਲਓ ਜੀ ਰਾਜਮਾਂਹ, ਤੁਸੀਂ ਕਿਤੇ ਵੇਖਿਆ ਹੋਗਾ ਰਾਜਮਾਂਹ ਪਾਣੀ, ਕਿਤੇ ਰਾਜਮਾਂਹ ਕਿਤੇ ਹੋਣਗੇ, ਇੱਥੇ ਮਿਕਸ ਹੋਣਗੇ ਰਾਜਮਾਂਹ ਤੁਹਾਡੇ ਕੋਲ ਜਦੋਂ ਵੀ ਆਓਗੇ। ਚਿੱਤਰੇ ਰਾਜਮਾਂਹ, ਮੈਂ ਕਿਹਾ ਗਰੰਟੀ ਨਾਲ। ਲਓ ਜੀ ਸਾਡੀ 200 ਰੁਪਏ ਦੀ ਥਾਲੀ ਹੈ, ਦੇਖੋ ਦੋ ਲੱਛੇ ਪਰੌਂਠੇ, ਦੇਖੋ ਔਰ ਇਹ ਕੜਾਹੀ ਪਨੀਰ ਹੈ, ਔਰ ਪਨੀਰ ਕੋਈ ਵੀ ਲੈ ਸਕਦੇ ਸਾਡੇ ਕੋਲੋਂ, ਪਾਲਕ ਪਨੀਰ, ਕੜਾਹੀ ਪਨੀਰ, ਸ਼ਾਹੀ ਪਨੀਰ, ਕੋਈ ਵੀ ਪਨੀਰ ਇੱਕ ਚੂਜ਼ ਕਰ ਸਕਦੇ ਹੋ ਤੁਸੀਂ। ਇਹ ਦਾਲ ਮੱਖਣੀ ਆ ਗਈ ਹੈ, ਚਨਾ ਮਸਾਲਾ ਆ ਗਿਆ, ਸੈਲਡ ਆ ਗਿਆ ਨਾਲ, ਔਰ ਸਾਡਾ ਪਿਆਰ ਆ ਗਿਆ ਨਾਲ ਇਹਦੇ ਨਾਲ। ਹੋਰ ਕਿਆ ਬਾਤ ਹੈ ਜੀ, 20 ਰੁਪਏ 'ਚ ਵੀ ਰਜਾ ਦਿੰਦੇ ਹਾਂ ਔਰ 200 ਰੁਪਏ ਵਿੱਚ ਵੀ ਰਜਾ ਦਿੰਦੇ ਹਾਂ, ਕਿਉਂਕਿ ਇਹ ਬਾਬੇ ਦੀ ਨਗਰੀ ਹੈ ਔਰ ਬਾਬੇ ਦਾ ਢਾਬਾ ਹੈ, ਚੌਂਕ ਪਾਸੀਆਂ ਨੀਅਰ ਗੁਰੂ ਕਾ ਮਹਿਲ। ਤਾਂ ਬਾਈ ਸਾਹਿਬ, ਇਹ ਥਾਲੀ ਆ ਚੁੱਕੀ 200 ਰੁਪਏ, ਮੈਂ ਆਪਕੋ ਮਦਦ 4 ਚੀਜ਼ੇ ਦੀ ਜਾਏਗੀ। ਦੇਸੀ ਘੀ ਵਾਲਾ ਤੜਕਾ ਲਗਾ ਹੋਗਾ ਔਰ ਨਾਲ ਸਾਥ ਮੇਂ ਦੀਆ ਜਾਏਗਾ, ਜੇ ਚੈੱਕ ਕਰੋ, ਆਟੇ ਵਾਲਾ ਲੱਛਾ ਪਰੌਂਠਾ, ਉਹ ਵੀ ਦੇਸੀ ਘੀ ਮੇਂ ਚੋਪੜਾ ਹੋਊਗਾ। ਔਰ ਖਾਸ ਬਾਤ ਹੈ, ਜੇ ਜਿਤਨੀਆਂ ਸਬਜ਼ੀਆਂ ਮੇਰੇ ਸਾਹਮਣੇ ਦੇਖ ਰਹੇ ਹੋ, ਜੇ ਸਭੀ 20 ਰੁਪਏ ਮੇਂ ਹੈ। ਤੋ ਥਾਲੀ ਮੈਂ ਦਿਖਾਤਾ ਹੂੰ, ਆਗੇ ਆ ਜਾਓ। ਤੋ ਬੜੀਆ ਸਰ, ਦੇਸੀ ਘੀ ਕਾ ਤੜਕਾ ਲਗਾਇਆ ਗਿਆ ਚਨੋ ਮੇਂ, ਮੱਖਣ ਤੈਰ ਰਿਹਾ, ਜੇ ਦੇਸੀ ਘੀ, ਮਤਲਬ ਦੋਨੋਂ ਹੀ ਚੀਜ਼ਾਂ ਤੈਰ ਰਹੀਆਂ ਬਾਈ ਸਾਹਿਬ ਦਾਲ ਕੇ ਉੱਪਰ। ਅਮੂਲ ਕਾ ਮੱਖਣ ਡਾਲਾ ਜਾਤਾ ਹੈ ਔਰ ਦੇਸੀ ਘੀ ਡਾਲਾ ਜਾਤਾ ਹੈ। ਤੋ ਪੰਜਾਬੀਆਂ ਦੀ ਜਾਨ ਇਹਦੇ ਵਿੱਚ ਵੱਸਦੀ ਹੈ ਜੀ। ਇਹ ਹੈਗਾ ਜੀ ਇਹਨਾਂ ਦਾ ਕੜਾਹੀ ਪਨੀਰ, ਤੁਸੀਂ ਕੜਾਹੀ ਪਨੀਰ ਵੀ ਲੈ ਸਕਦੇ ਹੋ ਔਰ ਪਲੱਸ ਇਹਨਾਂ ਦਾ ਸ਼ਾਹੀ ਪਨੀਰ ਵੀ ਲੈ ਸਕਦੇ ਹੋ। ਉਹ ਪਨੀਰ ਦੇਖੋ ਜੀ, ਇੰਨਾ ਸੌਫਟ ਹੈ ਜੀ, ਇਹ ਬਾਈ ਸਾਹਿਬ ਰੂਈ ਵਾਲਾ ਹੈ, ਅਸਲੀ ਮੇਂ ਰੂਈ ਹੈ, ਮਲਾਈਦਾਰ, ਇੱਕਦਮ ਮਤਲਬ ਕਰੀਮੀ ਕਰੀਮੀ ਵਾਲਾ ਪਨੀਰ ਹੈ। ਸ਼ੁਰੂਆਤ ਕਰਦੇ ਹਾਂ, ਤੋ ਹਰ ਡਾਬੇ ਕੀ ਜੋ ਸ਼ਾਨ ਹੋਤੀ ਹੈ ਵੋ ਹੈ ਦਾਲ। ਉਹ ਜੀ ਆ ਗਈ ਦਾਲ, ਗਰਮਾ ਗਰਮ। ਤੋ ਇਹ ਕਹਿ ਸਕਦਾ ਦਾਲ ਬਹੁਤ ਹੀ ਕਰੀਮੀ ਹੈ, ਇਤਨੀ ਕਰੀਮੀ ਹੈ, ਮੂੰਹ ਮੇਂ ਜਾ ਕੇ ਇੱਕਦਮ ਗੁਲ ਗਈ। ਦੇਸੀ ਘੀ ਕਾ ਜੋ ਫਲੇਵਰ ਹੈ ਉਹ ਇਸਕੋ ਔਰ ਵੀ ਬਿਹਤਰੀਨ ਬਣਾ ਰਿਹਾ। ਔਰ ਬਾਈ ਸਾਹਿਬ ਬਾਤ ਕਰੂੰ, ਇਹ ਥਾਲੀ ਮੇਂ ਵੋਹੀ ਚੀਜ਼ੇ ਦੀ ਗਈ ਹੈ ਜੋ ਅੰਮ੍ਰਿਤਸਰ ਮੇਂ ਸਪੈਸ਼ਲ ਫੇਵਰੇਟ ਹੈ ਲੋਕੋ ਕੀ, ਜਬ ਵੀ ਅੰਮ੍ਰਿਤਸਰ ਮੇਂ ਲੋਕ ਆਤੇ ਹੈ ਯਹੀ ਜ਼ਿਆਦਾਤਰ ਟਰਾਈ ਕਰਤੇ ਹੈ। ਇਹ ਚਨੋ ਵਾਲੀ ਬੜੀਆ ਵਾਲੀ ਬਾਈਟ ਰੈਡੀ ਹੈ। ਤੋ ਬਾਈ ਸਾਹਿਬ, ਇੱਕ ਤੋਂ ਬਾਅਦ ਇਹ ਹੈ ਕਿ ਜਬ ਵੀ ਲੱਛੇ ਪਰੌਂਠੇ ਕੀ ਬਾਈਟ ਮੂੰਹ ਮੇਂ ਜਾਤੀ ਹੈ ਤੋ ਇੱਕਦਮ ਕ੍ਰਿਸਪੀ ਫਲੇਵਰ ਆਤਾ ਹੈ। ਤੋ ਬਾਈ ਸਾਹਿਬ ਬਾਤ ਕਰੂੰ ਇਨ ਚਨੋ ਮੇਂ, ਜੋ ਦੇਸੀ ਘੀ ਕਾ ਫਲੇਵਰ ਆ ਉਹ ਇਸਕੋ ਖਾਸ ਬਣਾਤਾ ਹੈ। ਪਰ ਦੂਸਰੀ ਬਾਤ, ਮਸਾਲੇ ਕਮ ਯੂਜ਼ ਕੀਏ ਗਏ ਔਰ ਜਬ ਬਾਈਟ ਲੋਗੇ ਨਾ ਚਨੋ ਕੀ, ਤੋ ਆਪਕੋ ਮਖਮਲੀ ਕਰੀਮੀ ਟੇਸਟ ਇਸਕਾ ਦੀਵਾਨਾ ਬਣਾ ਦੇਗਾ। ਲਓ ਜੀ ਬੜੀਆ ਵਾਲੀ ਪਨੀਰ ਵਾਲੀ ਬਾਈਟ ਬਣਾਤੇ ਜੀ। ਤੋ ਬਾਈ ਸਾਹਿਬ, ਪਨੀਰ ਵਾਲੀ ਬਾਈਟ ਨੇ ਮੂੰਹ ਮੇਂ ਜਾ ਕੇ ਧਮਾਕਾ ਕਰ ਦਿਆ, ਪਨੀਰ ਇੱਕਦਮ ਗੁਲ ਗਿਆ ਮਤਲਬ ਮੂੰਹ ਮੇਂ ਜਾ ਕੇ। ਜੋ ਖਾਸ ਬਾਤ ਇਨਕੇ ਖਾਣੇ ਮੇਂ ਰਹਿਣੇ ਵਾਲੀ ਹੈ ਕਿ ਹਰ ਸਬਜ਼ੀ ਮੇਂ ਕਮ ਸੇ ਕਮ ਮਸਾਲੇ ਯੂਜ਼ ਕੀਏ ਗਏ ਔਰ ਅੱਛੇ ਸੇ ਅੱਛਾ ਟੇਸਟ ਪ੍ਰੋਵਾਈਡ ਕੀਆ ਗਿਆ। ਮੈਂ ਕਿਹਾ ਸਰ ਤੁਹਾਡਾ ਖਾਣਾ ਖਾ ਕੇ ਮਜ਼ਾ ਆ ਗਿਆ। ਮੈਂ ਕਿਹਾ ਮਹਾਰਾਜ, ਤੁਸੀਂ ਵੀ ਹੈਵੀ ਨਹੀਂ ਹੋਏਗਾ, ਸਾਡਾ ਖਾਣਾ ਐਡਾ ਵਧੀਆ ਹੈ। ਬਿਲਕੁਲ, ਮਸਾਲੇ ਇੱਕਦਮ ਲਾਈਟ ਟੂ ਲਾਈਟ ਰੱਖੇ। ਇੱਕ ਵਾਰ ਲੋਕੇਸ਼ਨ ਦੱਸ ਦਿਓ ਕਿੱਥੇ ਆਣੇ। ਸਾਡਾ ਚੌਂਕ ਪਾਸੀ ਆ, ਨੀਅਰ ਗੁਰੂ ਕਾ ਮਹਿਲ, 9780950404, ਅੰਮ੍ਰਿਤਸਰ। ਕੀ ਬਾਤ ਹੈ ਜੀ। ਤੋ ਬਾਈ ਸਾਹਿਬ, ਖਾਣਾ ਬਹੁਤ ਅਲਟੀਮੇਟ ਲੱਗਾ,
धन्यवाद करता हूँ आपका कि आपने इतना बढ़िया खाना हमें परोसा और गुरु की नगरी में प्यार ही बांट रहे जी। कोई भी भुखा नहीं जाता ढाबे तो नहीं जाएगा जी, बिल्कुल नहीं भुखा जाएगा साढ़े ढाबे तो आने के। पैसा होएगा तो भी ठीक है राजी, नहीं होएगा तो भी राजी। क्या बात है जी। तो भाई साहब ऐसे प्यार देते रहना, ऐसे प्यार देते रहना और ऐसे हम आपके लिए बढ़िया बढ़िया वीडियोस लेकर आते रहेंगे। सो जाने से पहले उन भुखड़ दोस्तों को जरूर शेयर करना वीडियो, जो मेरे जैसे भुखड़ है और अमृतसर में घूमने आए हैं, कुछ खाने के लिए ढूंढ रहे हैं तो बाबे के ढाबे पर आया ना। तो मिलते हैं अगली वीडियो में, टिल देन टेक केयर, गुड बाय, सारा प्यार भरी सत श्री अकाल।